खन्ना पुलिस दे हाथ लगी वड्डी सफलता। अमृतपाल सिंह दे साथी तेजिंदर सिंह उर्फ गोरखा बाबा नु किता गिरफ्तार। दे बावजूद भी जेड़ा सोशल मीडिया ते एदी वीडियो सीगियां जिहदे च इहदे कोल अलग अलग तरह दे वेपन ने फड़े होए सीगे। अजनाला कांड च वी दस्या जा रहा नामजद। रिपोर्ट मुताबिक ये भी पता लग्या भी जेड़ा अजनाला इंसीडेंट होया सी जिहदे च अमृतपाल दे उपर एफ आई आर हुई सी ये उत्थे भी नाल उहदे गया सीगा ते उहदे च भी इनवॉल्व सीगा। गोरखा बाबा अमृतपाल सिंह दा रहंदा सी गनमैन बनके। अपने थाना मलौत के तहत एक पिंड पैंदा मांगेवाल उधर का एक व्यक्ति हैगा तेजिंदर सिंह गिल जो कि पिछले समय तो काफ़ी टाइम तो जिहड़ा अमृतपाल दे नाल एज सिक्योरिटी ड्यूटी चलता हुंदा सीगा। ਪੁਲਿਸ ਦੇ ਹੱਥ ਇੱਕ ਵੱਡੀ ਸਫਲਤਾ ਲੱਗੀ ਹੈ। ਦੱਸ ਦਈਏ ਕਿ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਦੇ ਸਾਥੀ ਤੇਜਿੰਦਰ ਸਿੰਘ ਉਰਫ ਗੋਰਖਾ ਬਾਬਾ ਨੂੰ ਗ੍ਰਿਫਤਾਰ ਕੀਤਾ ਗਿਆ। ਗੋਰਖਾ ਬਾਬਾ ਖੰਨਾ ਦੇ ਥਾਣਾ ਮਲੌਦ ਦੇ ਪਿੰਡ ਮੰਗੇਵਾਲ ਦਾ ਰਹਿਣ ਵਾਲਾ ਹੈ। ਉਹ ਅਕਸਰ ਅੰਮ੍ਰਿਤਪਾਲ ਦੇ ਨਾਲ ਹੀ ਰਹਿੰਦਾ ਸੀ ਅਤੇ ਅਜਨਾਲਾ ਕਾਂਡ ਚ ਵੀ ਨਾਮਜ਼ਦ ਦੱਸਿਆ ਜਾ ਰਿਹਾ ਹੈ। ਗੋਰਖਾ ਬਾਬਾ ਭਾਈ ਅੰਮ੍ਰਿਤਪਾਲ ਸਿੰਘ ਦਾ ਗਨਮੈਨ ਬਣ ਕੇ ਰਹਿੰਦਾ ਸੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਪਾਇਲ ਹਰਸਿਮਰਤ ਸਿੰਘ ਨੇ ਕੀ ਦੱਸਿਆ ਆਓ ਸੁਣਦੇ ਹਾਂ। ਇੱਕ ਆਪਣੇ ਥਾਣਾ ਮਲੌਦ ਦੇ ਤਹਿਤ ਇੱਕ ਪਿੰਡ ਪੈਂਦਾ ਮੰਗੇਵਾਲ ਉੱਧਰ ਦਾ ਇੱਕ ਵਿਅਕਤੀ ਹੈਗਾ ਤੇਜਿੰਦਰ ਸਿੰਘ ਗਿੱਲ ਜੋ ਕਿ ਪਿਛਲੇ ਸਮੇਂ ਤੋਂ ਕਾਫੀ ਟਾਈਮ ਤੋਂ ਜਿਹੜਾ ਅੰਮ੍ਰਿਤਪਾਲ ਦੇ ਨਾਲ ਐਜ ਸਿਕਿਉਰਿਟੀ ਡਿਊਟੀ ਚੱਲਦਾ ਹੁੰਦਾ ਸੀਗਾ ਜੋ ਕਿ ਸੋਸ਼ਲ ਮੀਡੀਆ 'ਤੇ ਵੀ ਐਕਟਿਵ ਸੀਗਾ ਅਤੇ ਉਹਦੀ ਕਈ ਐਸੀ ਫੋਟੋਆਂ ਸੀਗੀ ਜਿਹਦੇ 'ਚ ਉਹਦੇ ਉਹਨੇ ਹਥਿਆਰ ਫੜੇ ਹੋਏ ਸੀਗੇ। ਰਿਕਾਰਡ ਜਦ ਚੈੱਕ ਕੀਤਾ ਗਿਆ ਤਾਂ ਇਹਦੇ ਨਾਂ 'ਤੇ ਕੋਈ ਵੀ ਜਿਹੜਾ ਹੈਗਾ ਆਰਮਜ਼ ਲਾਇਸੈਂਸ ਜਿਹੜਾ ਇਸ਼ੂਡ ਨਹੀਂ ਸੀਗਾ ਜਿਸ ਦੇ ਬਾਵਜੂਦ ਵੀ ਜਿਹੜਾ ਸੋਸ਼ਲ ਮੀਡੀਆ 'ਤੇ ਇਹਦੀ ਵੀਡੀਓ ਸੀਗੀਆਂ ਜਿਹਦੇ 'ਚ ਇਹਦੇ ਕੋਲ ਅਲੱਗ ਅਲੱਗ ਤਰ੍ਹਾਂ ਦੇ ਵੈਪਨਸ ਇਹਨੇ ਫੜੇ ਹੋਏ ਸੀਗੇ ਜੋ ਕਿ ਪੰਜਾਬ ਸਰਕਾਰ ਦੇ ਹੁਕਮਾਂ ਦੇ ਤਹਿਤ ਜਿਹੜਾ ਇਹਦੇ ਜਿਹੜੀ ਪਾਬੰਦੀ ਦੇ ਆਰਡਰ ਸੀਗੇ ਉਹਦੇ ਤਹਿਤ ਜਿਹੜਾ ਇਹਦੇ ਖਿਲਾਫ਼ ਜਿਹੜਾ 188 ਦਾ ਜਿਹੜੀ ਐੱਫ ਆਈ ਆਰ ਉਹ ਰਜਿਸਟਰ ਕੀਤੀ ਗਈ ਆ ਅਤੇ ਉਸ ਤੋਂ ਇਲਾਵਾ ਇਹਦੇ ਦੀ 57 ਵੀ ਕੀਤੀ ਗਈ ਆ ਕਿਉਂਕਿ ਇਹ ਰਿਕਾਰਡ ਮੁਤਾਬਿਕ ਇਹ ਵੀ ਪਤਾ ਲੱਗਿਆ ਵੀ ਜਿਹੜਾ ਅਜਨਾਲਾ ਇਹ ਇੰਸੀਡੈਂਟ ਹੋਇਆ ਸੀ ਜਿਹਦੇ 'ਚ ਅੰਮ੍ਰਿਤਪਾਲ ਦੇ ਉੱਪਰ ਐੱਫ ਆਈ ਆਰ ਹੋਈ ਸੀ ਇਹ ਉੱਥੇ ਵੀ ਨਾਲ ਉਹਦੇ ਗਿਆ ਸੀਗਾ ਅਤੇ ਉਹਦੇ 'ਚ ਵੀ ਇਨਵੋਲਵ ਸੀਗਾ। ਉਸਦੀ ਜਿਹੜੀ ਆ ਵੱਖਰੇ ਤੌਰ 'ਤੇ ਜਿਹੜੀ ਅਜਨਾਲਾ ਪੁਲਿਸ ਵੱਲੋਂ ਇਹਦੇ 'ਤੇ ਵੱਖਰੀ ਅਰੈਸਟ ਅਤੇ ਵੱਖਰੀ ਕਾਰਵਾਈ ਹੋਏਗੀ ਅਤੇ ਫਿਲਹਾਲ ਜਿਹੜੀ ਸਾਡੇ ਵੱਲੋਂ 188 ਦੀ ਜਿਹੜੀ ਹੈ ਦੇ ਤਹਿਤ ਇਹਦੇ 'ਤੇ ਐੱਫ ਆਈ ਆਰ ਰਜਿਸਟਰ ਹੋਈ ਇਹਦੀ ਅਰੈਸਟ ਪਾਈ ਗਈ ਆ ਅਤੇ 57 ਵੀ ਨਾਲ ਜਿਹੜਾ ਪਤਾ ਲੱਗਿਆ ਵੀ ਕਿਸ ਤਰੀਕੇ ਨਾਲ ਇਹਦੇ ਨਾਲ ਸੀਗਾ ਜਿਹੜਾ ਇਹ ਪਿਛਲੇ ਕੁਛ ਅੰਮ੍ਰਿਤਪਾਲ ਦੇ ਕੁਛ ਸਾਥੀ ਸੀਗੇ ਜਿਨ੍ਹਾਂ ਦੇ ਰਾਹੀਂ ਅੰਮ੍ਰਿਤਪਾਲ ਦੇ ਨਾਲ ਜਿਹੜਾ ਜੁੜਿਆ ਸੀਗਾ ਜੋ ਕਿ ਪਾਰਟ ਆਫ ਇਨਵੈਸਟੀਗੇਸ਼ਨ ਆ ਜੋ ਕਿ ਹਾਲੇ ਪੁੱਛਗਿੱਛ ਜਾਰੀ ਆ ਅਤੇ ਅੱਗੇ ਜੋ ਵੀ ਅੱਗੇ ਹੋਰ ਵੀ ਖੁਲਾਸੇ ਆਉਣਗੇ ਉਹ ਜਿਹੜਾ ਮੀਡੀਆ ਨਾਲ ਫਿਰ ਆਪਾਂ ਸਾਂਝੇ ਕਰਾਂਗੇ। ਉਹ ਤੋਂ ਬਾਅਦ ਹੀ ਜਿਹੜਾ ਇਹ ਉਹਦੇ ਪਿੰਡ ਗਿਆ ਸੀ ਅਤੇ ਉੱਥੇ ਉਹਦੇ ਨਾਲ ਜੁੜ ਕੇ ਅਤੇ ਉਹਦੇ ਨਾਲ ਹੀ ਜ਼ਿਆਦਾਤਰ ਰਹਿੰਦਾ ਸੀ। ਹੋਰ ਵੀ ਜਿਹੜੇ ਰਾਊਂਡ ਅਪ ਕੀਤੇ ਨੇ ਜਿਹੜੇ ਕਿ ਇਹਦੀ ਸਪੋਰਟ ਵਗੈਰਾ ਕਰਦੇ ਸੀਗੇ ਉਹਨਾਂ ਦੀ ਵੀ ਜਿਹੜੀ ਸਭ ਵੱਖਰੇ ਤੌਰ 'ਤੇ ਜਿਹੜਾ ਹੈਗਾ ਉਹਨਾਂ ਦੇ ਇੰਸੀਡੈਂਟ ਕਿਸੇ 'ਚ ਕੋਈ ਇਨਵੋਲਵਮੈਂਟ ਨਹੀਂ ਬਟ ਉਹਨਾਂ ਦੀ ਵੀ ਵੱਖਰੇ ਤੌਰ 'ਤੇ ਜਿਹੜਾ ਪ੍ਰੀਵੈਂਟਿਵ ਐਕਸ਼ਨ ਵੀ ਕੀਤਾ ਜਾ ਰਿਹਾ। ਇਹਦੇ ਜੀ ਪਹਿਲਾਂ 2 ਐੱਫ ਆਈ ਆਰ ਰਜਿਸਟਰਡ ਸੀਗੀਆਂ, ਇੱਕ ਲੜਾਈ ਝਗੜੇ ਦੀ ਸੀਗੀ ਅਤੇ ਦੂਜੀ ਇਹਦੇ 'ਚੋਂ ਇੱਕ ਵਾਰੀ ਪਹਿਲਾਂ ਪਾਇਲ ਥਾਣੇ ਤਹਿਤ 2 ਗੱਡੀਆਂ ਸ਼ਰਾਬ ਵੀ ਫੜੀ ਗਈ ਸੀਗੀਆਂ ਜਿਹਦੇ 'ਚ ਇਹਨੂੰ ਸਜ਼ਾ ਵੀ ਹੋਈ ਹੋਈ। ਇਹ ਵਿਹਲਾ ਸੀਗਾ ਜੀ, ਖੇਤੀਬਾੜੀ ਦਾ ਹੀ ਇਹਨਾਂ ਦਾ ਕੰਮ ਕਾਰ ਸੀਗਾ ਜੀ। ਮੁਲਜ਼ਮ ਦਾ ਸੀਗਾ ਹੀ ਤੇ ਫਿਰ ਵੀ ਜਿਹੜਾ ਹੈਗਾ ਸਾਡੀ ਟੀਮ ਨੇ ਸਾਰਾ ਇਨਫੋਰਮੇਸ਼ਨ ਬੇਸਡ ਕੰਮ ਕਰਕੇ ਇਹਨੂੰ ਅਰੈਸਟ ਕੀਤਾ। ਇਸ ਤੋਂ ਇਲਾਵਾ ਜਿਹੜੇ ਹੋਰ 2 ਵਿਅਕਤੀ ਆ ਜਿਹੜੇ ਆਮ ਤੌਰ ਤੇ ਇਹਦੇ ਨਾਲ ਇਨਵੋਲਵ ਸੀਗੇ ਉਹਨਾਂ ਦੇ ਸੈਪਰੇਟ ਜਿਹੜੀ ਆ ਜਿਹੜੀ ਰੋਕੂ ਕਾਰਵਾਈ ਅਮਲ ਚ ਆਂਦੀ ਗਈ ਹੈ। ਏਵਨ ਮੀਡੀਆ ਲਈ ਖੰਨਾ ਤੋਂ ਅਮਨ ਤੱਗੜ ਦੀ ਖਾਸ ਰਿਪੋਰਟ।